ਕੋਰੋਨਾ ਵਾਇਰਸ ਨਾਲ ਲੜਾਈ ਲੜਨ ਲਈ ਪੂਰਾ ਦੇਸ਼ ਇਕਜੁੱਟ ਹੋਇਆ ਪਿਆ ਹੈ। ਦੇਸ਼ ਦੇ ਵਿੱਚ ਲਗਾਤਾਰ ਲੋਕਡਾਊਨ ਜਾਰੀ ਹੈ, ਉੱਥੇ ਕਈ ਸੂਬਿਆਂ ਦੇ ਵਿੱਚ ਕਰਫਿਊ ਚੱਲ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਗਰੀਬ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਪਰ ਕੁਝ ਅਜਿਹੇ ਵੀ ਘਰ ਨੇ ਜਿੱਥੇ ਰਾਸ਼ਨ ਨਹੀਂ ਪਹੁੰਚ ਪਾ ਰਿਹਾ ਅਤੇ ਹੁਣ ਉੱਥੇ ਵੀ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਜ਼ਿਕਰੇ ਖਾਸ ਹੈ ਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਪਾ ਰਿਹਾ, ਪਰ ਜਾਸਾ ਦੀ ਟੀਮ ਦੇ ਵੱਲੋਂ ਨਰੇਸ਼ ਬਾਬਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਫੋਨ ਕੀਤਾ ਗਿਆ ਤਾਂ 15 ਤੋਂ 20 ਮਿੰਟਾਂ ਦੇ ਵਿੱਚ ਹੀ ਰਾਸ਼ਨ ਲੈ ਕੇ ਉੱਥੇ ਪਹੁੰਚ ਗਏ। ਦੱਸਣਯੋਗ ਹੈ ਕਿ ਹੁਣ ਜਿਨ੍ਹਾਂ ਘਰਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਸੀ ਹੁਣ ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਦੇਖੋ ਸੰਗਰੂਰ ਤੋਂ ਇਹ ਰਿਪੋਰਟ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਔਰ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਕਿਹਾ ਗਿਆ ਹੈ ਕਿ ਘਰਾਂ 'ਚ ਹੀ ਰਹਿਣ ਦੀ ਜਿਹੜਾ ਰਾਸ਼ਨ ਪਾਣੀ ਹੈ ਉਹ ਉਹਨਾਂ ਦੇ ਘਰ ਤੱਕ ਹੀ ਪਹੁੰਚਾਇਆ ਜਾਵੇਗਾ। ਲੇਕਿਨ ਸਰਕਾਰ ਨੇ ਇੱਕ ਬਹੁਤ ਵਧੀਆ ਮੁਹਿੰਮ ਵੀ ਚਲਾਈ ਹੋਈ ਹੈ ਘਰ ਘਰ ਰਾਸ਼ਨ ਪਹੁੰਚਾਉਣ ਦੀ, ਲੇਕਿਨ ਕੁਝ ਘਰ ਇਹੋ ਜਿਹੇ ਵੀ ਨੇ ਜਿੱਥੇ ਰਾਸ਼ਨ ਨਹੀਂ ਪਹੁੰਚ ਰਿਹਾ। ਅਸੀਂ ਖੜ੍ਹੇ ਹਾਂ ਪਿੰਡ ਬੱਗੂਆਣਾ ਦੇ ਵਿੱਚ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਹੋਇਆ ਕਿ ਇੱਥੇ ਬਾਹਰਲੇ ਬੰਦੇ ਦਾ ਆਉਣਾ ਬਿਲਕੁਲ ਮਨਾ ਹੈ, ਉਲੰਘਣਾ ਕਰਨ ਵਾਲੇ ਦੇ ਵਿਰੁੱਧ 188-144 ਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਤੁਸੀਂ ਪਿੱਛੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਇੱਥੇ ਟੋਟਲ 15 ਤੋਂ 20 ਘਰ ਨੇ ਜੋ ਜਿੱਥੇ ਰਾਸ਼ਨ ਹੁਣ ਤੱਕ ਨਹੀਂ ਪਹੁੰਚਿਆ ਹੈ। ਪਿੰਡ ਵਾਲੇ ਖੜ੍ਹੇ ਨੇ, ਆਪਾਂ ਪਿੰਡ ਵਾਲਿਆਂ ਨਾਲ ਗੱਲ ਕਰਦੇ ਹਾਂ ਕਿ ਜਦੋਂ ਦਾ ਕਰਫਿਊ ਲੱਗਿਆ ਹੈ ਕਿੰਨਾ ਰਾਸ਼ਨ ਉਹਨਾਂ ਤੱਕ ਪਹੁੰਚਿਆ ਹੈ ਅਤੇ ਕੌਣ ਰਾਸ਼ਨ ਉਹਨਾਂ ਨੂੰ ਦੇ ਕੇ ਗਿਆ ਹੈ। ਜੀ ਕੀ ਨਾਮ ਹੈ ਜੀ? ਨਿਰੰਜਨ ਸਿੰਘ ਜੀ। ਨਿਰੰਜਨ ਜੀ, ਬੱਗੂਆਣੇ 'ਚ ਰਹਿੰਦੇ ਹੋ ਤੁਸੀਂ, ਕਰਫਿਊ ਲੱਗੇ ਨੂੰ ਕਈ ਦਿਨ ਹੋ ਗਏ, ਕੋਈ ਸਰਕਾਰ ਵੱਲੋਂ ਕਿੰਨਾ ਕੁ ਰਾਸ਼ਨ ਪਹੁੰਚਿਆ ਤੁਹਾਡੇ? ਸਾਡੇ ਕੋਲ ਸਰਕਾਰ ਵੱਲੋਂ ਕੋਈ ਰਾਸ਼ਨ ਨਹੀਂ ਪਹੁੰਚਿਆ ਜੀ ਹਾਲੇ ਤੱਕ, ਸਰਕਾਰ ਕੰਨੀ ਕੋਈ ਰਾਸ਼ਨ ਨਹੀਂ ਪਹੁੰਚਿਆ ਜੀ। ਅਸੀਂ ਅੱਜ ਹੀ ਫੋਨ ਕੀਤਾ ਮੈਨੇਜਮੈਂਟ ਨੂੰ ਵਾਹਗਾ ਜੀ ਨੂੰ, ਮਤਲਬ ਵੀ ਸਾਡੇ ਇੱਥੇ ਸਾਡੇ ਰਾਸ਼ਨ ਪਹੁੰਚਾਓ। ਸਾਡਾ ਜੋ ਲੋਕ ਕੀਤਾ ਹੋਇਆ ਅਸੀਂ ਬੱਚੇ ਨੂੰ ਬਾਹਰ ਨਹੀਂ ਜਾਣਦੇ, ਤਾਂ ਦਵਾਈ ਬੂਟੀ ਵੀ ਬਾਹਰ ਨਹੀਂ ਲੈਣ ਜਾਂਦੇ ਵੀ ਜੋ ਅਸੀਂ ਜਾਂ ਅਸੀਂ ਇੱਥੇ ਅੱਜ ਬੈਠਿਆਂਗੇ ਆਪਦਾ ਧਰਨਾ ਲਾਈ ਵਾਰ ਦੇ ਵਿੱਚ, ਮਤਲਬ ਕਿਸੇ ਨੂੰ ਆਉਣ ਜਾਣ ਨਹੀਂ ਦਿੰਦੇ, ਸਾਡੇ ਰਿਸ਼ਤੇਦਾਰ ਵੀ ਬੰਦ ਕੀਤੇ ਨੇ ਵੀ ਸਾਡੇ ਕੋਈ ਆਵੇ ਨਾ, ਫੋਨ ਕਰਤੇ ਅਸੀਂ ਨੇ। ਇਸ ਕਰਕੇ ਅਸੀਂ ਸਰਕਾਰ ਤੋਂ ਇਹੀ ਮੰਗ ਮੰਗਦੇ ਹਾਂ ਵੀ ਜੋ ਤੁਹਾਡਾ ਵਾਅਦਾ ਕੀਤਾ ਸਾਡੇ ਨਾਲ ਵੀ ਘਰ ਬੈਠੇ ਤੁਹਾਡੇ ਘਰ ਰਾਸ਼ਨ ਪਹੁੰਚਾਵਾਂਗੇ, ਤਾਂ ਉਸ ਕਾਰਨ ਅਸੀਂ ਘਰ ਬੈਠੇ ਹਾਂ ਅਤੇ ਸਰਕਾਰ ਕੋਲ ਇਹੀ ਮੰਗ ਮੰਗਦਾ ਵੀ ਜੋ ਵਾਅਦੇ ਕੀਤੇ ਨੇ ਸਾਡੇ ਘਰ ਘਰ ਰਾਸ਼ਨ ਪਹੁੰਚਾਓ, ਜੋ ਸਾਡੀ ਲੋੜ ਅਨੁਸਾਰ ਸਾਡਾ ਉਸ ਹਿਸਾਬ ਨਾਲ ਰਾਸ਼ਨ ਦੇ ਦਿਓ। ਉਸ ਤੋਂ ਅਸੀਂ ਕੋਈ ਵੱਖਰਾ ਰਾਸ਼ਨ ਨਹੀਂ ਮੰਗਦੇ, ਜੋ ਆਟਾ ਦਾਲ ਦਲੀਆ ਜੋ ਕੁਛ ਸਮਾਨ ਦਾਲ ਚਾਰ ਵਕਤ ਹੁੰਦਾ ਆਪਾਂ ਘਰਾਂ ਦੇ ਵਿੱਚ ਲੋੜਾਂ ਦੇ ਸਮਾਨ ਵਰਤਦੇ ਹਾਂ, ਅਤੇ ਇਸ ਕਰਕੇ ਸਾਨੂੰ ਉਹ ਸਮਾਨ ਦਿੱਤਾ ਜਾਵੇ ਜੋ ਇਹ ਸਰਕਾਰ ਦਾ, ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਤੇ ਜੋ ਇਹ ਸਾਡਾ ਪ੍ਰਸ਼ਾਸਨ ਆ ਤਾਂ ਚੰਗੀ ਤਰ੍ਹਾਂ ਗੌਰ ਕਰ ਰਹੇ ਨੇ, ਤਾਂ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਕੋਲ ਰਾਸ਼ਨ ਲੈ ਕੇ ਆਏ ਨੇ। ਜਦੋਂ ਕਿ ਅਸੀਂ ਫੋਨ ਕੀਤਾ 15-20 ਮਿੰਟਾਂ ਬਾਅਦ ਜਾਂ 18-20 ਮਿੰਟਾਂ ਬਾਅਦ ਸਾਡੇ ਕੋਲ ਰਾਸ਼ਨ ਪਹੁੰਚਦਾ ਕਰਤਾ, ਤਾਂ ਅਸੀਂ ਇਸ ਪ੍ਰਸ਼ਾਸਨ ਦਾ ਅਤੇ ਇਸ ਜ਼ਿੰਮੇਵਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਗੱਲ ਕਰਦੇ ਹਾਂ ਆਪਾਂ ਪ੍ਰਸ਼ਾਸਨ ਦੀ, ਜੇ ਕੁਛ ਸਮਾਜਿਕ ਸੰਸਥਾਵਾਂ ਵੀ ਸਾਹਮਣੇ ਆਈਆਂ ਨੇ, ਕੋਈ ਸਮਾਜਿਕ ਸੰਸਥਾ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਵੀ ਤੁਹਾਡੇ ਤੱਕ ਕੁਛ ਰਾਸ਼ਨ ਪਹੁੰਚਾਇਆ ਹੋਵੇ? ਨਹੀਂ ਜੀ, ਸਾਡੇ ਕੋਲ ਕੋਈ ਆਇਆ ਨਹੀਂ, ਇਸ ਤਰ੍ਹਾਂ ਕਰਕੇ ਜੋ ਸਾਡੇ ਪਿੰਡ ਦੇ ਜੋ ਨੌਜਵਾਨ ਮੁੰਡੇ ਨੇ ਤਾਂ ਇਸ ਨੇ ਦੇਖਿਆ ਵੀ ਜੋ ਇਹ ਮੁਹੱਲਾ ਗਾ ਸਾਡਾ ਏਰੀਆ ਬੱਗੂਆਣਾ ਬਸਤੀ ਵੱਜਦੀ ਆ ਅਤੇ ਸਰਕਾਰ ਦਾ ਮਤਲਬ ਜੋ ਇਸ ਕਾਨੂੰਨ ਚੱਲ ਰਿਹਾ ਸੀ ਉਦੋਂ ਰਾਸ਼ਨ ਦਾ ਤਾਂ ਨਹੀਂ ਆਇਆ, ਤਾਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਤੁਹਾਡੇ ਕੋਲ, ਅਸੀਂ ਆਖਿਆ ਨਾ ਜੀ ਸਾਡੇ ਤਾਂ ਇਸ ਕਰਕੇ ਪਤਾ ਨਹੀਂ ਹੈਗਾ, ਸਾਡੇ ਤਾਂ ਕਿਹਦਾ ਫੋਨ ਆ ਕੀ, ਜੋ ਸਾਨੂੰ ਪਤਾ ਲੱਗਿਆ ਵੀ ਅੱਜ ਉਹਨਾਂ ਨੰਬਰ ਦੇ ਕੇ ਗਏ ਨੇ ਨਾਲੇ ਉਹ, ਅਤੇ ਇਹਨੂੰ ਰਾਸ਼ਨ ਵੀ ਦੇ ਕੇ ਗਏ ਨੇ ਜੋ ਸਾਡੇ 5-10 ਘਰਾਂ ਨੂੰ ਵੀ ਦਾ ਰਾਸ਼ਨ ਦੇ ਕੇ ਗਏ ਨੇ, ਥੋੜ੍ਹਾ ਥੋੜ੍ਹਾ ਜੋ ਆਪਣੇ ਘਰ ਦੇ ਵਿੱਚੋਂ ਆਪਦੇ ਮੁੰਡਿਆਂ ਨੇ ਆਪਦੇ ਜੋ ਇਕੱਠਾ ਕਰਕੇ ਇਸ ਕਰਕੇ ਸਾਨੂੰ ਸਮਾਨ ਪਹੁੰਚਾ ਕੇ ਗਏ ਨੇ ਕੁਛ, ਤਾਂ ਇਸ ਕਰਕੇ ਜੇ 1-2 ਦਿਨਾਂ ਦਾ ਰਾਸ਼ਨ ਤੇ ਇਤਨੇ ਅਸੀਂ ਸਰਕਾਰ ਨਾਲ ਗੱਲ ਕਰ ਦਿਆਂਗੇ, ਤਾਂ ਇਸ ਕਰਕੇ ਸਰਕਾਰ ਨੇ ਜੋ ਅਸੀਂ ਗੱਲ ਕੀਤੀ ਤਾਂ ਸਾਡੇ ਕੋਲ ਉਸੇ ਤਹਿਤ ਸਮਾਨ